ਕਰੋ ਜੀ ਵਾਹ ਜੀ ਵਾਹ ਕਿੰਨਾ ਇੱਕ ਸੁਥਰਾ ਹੈ ਇਹ ਦੇਖੋ ਬੰਦਾ ਇਜ਼ੀ ਹੋ ਜਾਂਦੀ ਆ ਹਾਂ ਬਿਲਕੁਲ ਪੱਕਾ ਹੈ ਇਹ ਲਓ ਜੀ ਖੂਬਸੂਰਤ ਮਾਸ਼ਾਅੱਲਾ ਜਾਨਵਰ ਨੇ ਇਹ ਜੇ ਮਾਲ ਨੇ ਨਾ ਮਸ਼ਹੂਰ ਹੈ ਕਿ ਮਾਸ਼ਾਅੱਲਾ ਉੱਥੇ ਉਹਨਾਂ ਦੇ ਜੌਬ ਲੱਗੇ ਬਿਲਕੁਲ ਸਹੀ ਹੈ ਹਾਂ ਲੇਕਿਨ ਜਿਹੜਾ ਪੈਸਾ ਘਰ ਰੱਖਣਾ ਹੈ ਬੈਂਕੇਜ ਰੱਖਣਾ ਹੈ ਜਾਂ ਉੱਥੇ ਬਰੂਨੇ ਮੁਲਕ ਰੱਖਣਾ ਉਸ ਪੈਸੇ ਨਹੀਂ ਰੱਖਣਾ ਨਹੀਂ ਰੱਖਣਾ ਉਹ ਡਾਲਰ ਦੇ ਨਾਲ ਵਧੇਗਾ ਡਾਲਰ ਦਿਹਾੜੇ ਦਾ 2 ਰੁਪਏ ਬਾਦ ਗਿਆ 5 ਰੁਪਏ ਬਾਦ ਗਿਆ ਗਾਟ ਗਿਆ ਗਾਟ ਗਿਆ ਉਹਨਾਂ ਦਾ ਅਗਰ ਜਾਨਵਰ ਲੈ ਲਵਾਂ कोई होर काम कर लें कोई चीज ले हाँ जानवर भाईजान तीन महीने बाद जिन्हें जो बड़ा मेहरबान नहायत रहम करने वाला है दोस्तों बुजुर्गो आप देख रहे हैं अपना यूट्यूब चैनल एंड फेसबुक पेज बिजनेस टॉक्स ऑफिशियल मैं हूं आपका होस्ट ए जी अजहर खान मेरी तरफ से सभी भाइयों और को रहमतुल्लाहि व बरकातहू मैं मौजूद हूं इस वक्त मोहम्मद हुसैन कैचर फॉर्म पर यहाँ पर माशालाय खूबसूरत बछड़े दस्तयाब हैं जो दोस्त कुर्बानी के लिए लेना चाह रहे हैं फैटने के लिए लेना चाह रहे हैं यानी कि गोश्त वाला काम करना चाह रहे हैं तो आए इनके डेरे पर अपना माल लेकर चले जाए ऐसा माल नहीं मिलेगा चाहे मंडियों में जाए चाहे गांव देहातों में जाए तो इनसे माल वाला माल नहीं मिलता तो चलते हैं पाई मोहम्मद हुसैन साहब के पास और उन्हीं की जबानी सब कुछ वालेकुम सलाम सनवीर क्या है बड़ी मेहरबानी चलो अल्लाह खुश रखे जी अच्छा सब तो पहला मेरी फैमिली नु अपना नाम ਦਸਰਾ ਜੇ ਔਰ ਡਰੈਸ ਅਚੇ ਤਰੀਕੇ ਨਾਲ ਸਮਝਾਓ محمد حسین ਮੇਰਾ ਨਾਮ ਹੈ ਪਿੰਡ ਦਾ ਨਾਮ ਚੱਕ ਨੰਬਰ 10 ਵਨ ਨਾਲ ਰਸਾਲੂ ਕਾ ਤਹਿਸੀਲ ਰਨਾਲਾ ਖੋੜ ਦਾ ਜ਼ਿਲ੍ਹਾ 우ਕਾੜਾ ਅਗਰ ਕੋਈ 우ਕਾੜਾ ਤੋਂ ਹੈ 12 ਕਿਲੋਮੀਟਰ ਹੈ ਰਨਾਲਾ ਤੋਂ ਹੈ 60 ਕਿਲੋਮੀਟਰ ਹੈ ਕੋਈ 22 ਸੇਫ ਹੈ ਤੋ ਜੜਾ ਨਾਲ سید ਵਾਲਾ ਇੰਟਰਚੇਂਜ ਹੈ ਉਥੋਂ 80 ਕਿਲੋਮੀਟਰ ਠੀਕ ਹੈ ਮੋਬਾਈਲ ਨੰਬਰ 03457533965 ਇਸ ਨੰਬਰ ਤੇ ਵਟਸਐਪ ਭਾਈ محمد हुसैन ਸਾਹਿਬ ਜੀ ਕਿੰਨੇ ਬੱਚੇ ਨੇ ਆਪਣੇ ਕੋ तकरीबन ਇਸ ਤੱਕ 35 ਬੱਚੇ ਖੜੇ ਨੇ 35 ਬੱਚੇ ਖੜੇ ਨੇ ਮਾਸ਼ਾਅੱਲਾ ਜੀ ਸ਼ੌਕ ਕਰਵਾਇਆ ਤੇ ਅੱਜ ਤੱਕ ਕਮਾਲ ਦੇ ਬੱਚੇ ਲਾਪਕ ਰਹਿੰਦੇ ਨੇ ਬਹੁਤ ਸੋਹਣੇ ਮਾਲ ਲੈਂਦਾ ਹੈ ਐ ਸਪੈਸ਼ਲ ਭਰਾਵਾਂ ਵਾਸਤੇ ਕਿਉਂਕਿ ਇਹ ਦੂਰਾਂ ਕੁਰਬਾਨੀ ਵਾਲਾ ਮਾਲ ਲੈਂਦਾ ਹੈ ਵੱਡਾ ਮਾਲ ਹੈ ਹਮ ਅਲਹਮਦੁਲਿਲਾ ਜੀ ਨੇ ਭਾਈਆਂ ਨੂੰ ਛੋਟਾ ਮਾਲ ਲੈਣਾ ਉਸ ਦੁੰਦਾ ਨਹੀਂ ਹੁੰਦਾ ਹਾਂ ਇਹ ਗੱਲ ਸੱਚੀ ਭਾਈ ਇਹ ਜਾਨਵਰ ਕੋਸ਼ਿਸ਼ ਕਰੇ ਦੁੰਦਾ ਵੀ ਹਣ ਲੈ ਲੈ ਮੈਂ ਦਰੋੜਾ ਕੋਈ ਨਹੀਂ ਕਿਉਂਕਿ 6 ਮਹੀਨੇ ਨੇ ਹਾਂ ਮੈਨੇ ਕਤਨ ਦੁੰਦੇ ਤੋਂ ਚੌਗਾ ਨਹੀਂ ਹੁੰਦਾ ਨਹੀਂ ਹੁੰਦਾ ਦੂਜੇ ਨੰਬਰ ਤੇ ਦੁੰਦਾ ਗ੍ਰੋਥ ਜ਼ਿਆਦਾ ਕਰਦਾ ਨਾਲ ਬੰਦਿਆਂ ਨੂੰ ਬੱਚਾ ਬਚਾ ਦੁੰਦਾ ਹੁੰਦਾ ਨਹੀਂ ਹੁੰਦਾ ਪੱਕਾ ਖੀਦਾ ਬਦਨ ਦੁੰਦਾ ਹੁੰਦਾ ਜਾਨ ਸਰਦੀ ਆ ਰਹੀ ਹੈ ਸਰਦੀ ਹੈ ਛੋਟਾ ਜਾਨਵਰ ਗਰੋਥ ਨਹੀਂ ਕਰਦਾ ਹਾਂ ਇਹ ਵੀ ਗੱਲ ਸੱਚੀ ਹੈ ਤੇ ਇਸ ਵਾਸਤੇ ਭਰਾਵਾਂ ਨੂੰ ਸਪੈਸ਼ਲ ਸਮਝਾ ਰਹੇ ਜੀ ਅੱਜ ਮੇਰੀ ਫੈਮਿਲੀ ਅੱਜ ਉਹ ਰਾਜ਼ ਦੱਸ ਰਹੇ ਜੇ ਤਾਂ ਕਿ ਉਹ ਸਮਝ ਸਕਣ ਢੜੀਆਂ ਗੱਲਾਂ ਤੇ ਮਾਸ਼ਾਅੱਲਾ ਜੀ ਨਾਲ ਇਹ ਸ਼ੌਕ ਰਾਇਣਗੇ ਬੱਚੇ ਚੈੱਕ ਕਰਿਆ ਜੇ ਤੇ ਸ਼ੌਕ ਕਿੰਨ ਨਹੀਂ ਕਰਾਂਦਾ ਬਾਈ ਮਮਾ ਸਨ ਮਾਸ਼ਾਅੱਲਾ ਵੇਖੋ ਨਾ ਕੀ ਚੀਜ਼ਾਂ ਨੇ ਜਾਨਵਰ ਭਾਈ ਜਾਨ ਵੇਖੋ ਨਾ ਹਾਂ ਮਾਸ਼ਾਅੱਲਾ ਕੈਸੇ ਖੂਬਸੂਰਤ ਜਾਨਵਰ ਬਿਲਕੁਲ ਸਹੀ ਗੱਲ ਹੈ ਇਹ ਭਾਈ ਜਾਨ ਇਹਨਾਂ ਸਰਦੀ ਹੈ ਕੋਈ ਮਸਲਾ ਹੈ ਸਰਦੀ ਹੈ ਡਬਲ ਗਰੋਥ ਕਰੇਗਾ ਹਾਂ ਆ ਵੇਖੋ ਜੀ ਮਾਸ਼ਾਅੱਲਾ ਚੀਜ਼ ਚੈੱਕ ਕਰੋ ਸਰਦੀ ਦੇਖੋ ਹਾਂ ਚਾਸ਼ੁਰ ਕਮਾਓ ਨਾ ਆ ਵੇਖੋ ਵੇਖੋ ਸ਼ੌਕ ਰਵਾਓ ਇੱਥੋਂ ਪਰਾਂ ਨੂੰ ਵਖਾਓ ਟੋਰ ਇੰਜ ਮਾਸ਼ਾਅੱਲਾ ਕੀ ਚੀਜ਼ਾਂ ਨੇ ਜੀ ਵਾਛਾ ਚੈੱਕ ਕਰੋ ਜੀ ਵਾਹ ਜੀ ਵਾਹ ਇੰਨਾ ਕਿ ਸੁਥਰਾ ਹੈ ਇਹ ਦੇਖੋ ਜਿੰਦਾ ਈਜ਼ੀ ਹੋ ਜਾਂਦਾ ਸੀ ਹਾਂ ਬਿਲਕੁਲ ਹਾਂ ਬਿਲਕੁਲ ਪਾਈ ਖਲਾ ਲੋ ਜੀ ਇਹ ਛਤੀ ਹੋਏ ਦਾ 6 ਮਹੀਨੇ ਪਹਿਣੇ ਇਹ ਦੁੰਦਾ ਹੋ ਜਾਏਗਾ ਮਾਸ਼ਾਅੱਲ ਐਸ ਤਿਹਰਾ ਕੋਈ ਸੋਹਣਾ ਬੱਚਾ ਜੀ ਲਵੇ ਤਾਂ ਕਿੰਨੇ ਦਾ ਲੈ ਕੇ ਦੱਸ 145 ਲੱਖ ਇੱਕ ਲੱਖ 45 ਦਾ ਸਿਰਫ ਸਿਰਫ 145 ਦਾ ਲੋ ਜੀ ਬੱਚਾ ਚੈੱਕ ਕਰੋ ਨਾਲ ਮੋਟਾ ਤਾਜ਼ਾ ਤਿਆਰ ਜਦੋਂ ਇਹਨੇ ਹੋਣਾ ਤਿੰਨ ਮਨ ਕਿਲੋ ਵੀ ਗੱਠੇ ਦਬਾਈ ਜਾਣ ਜੋ ਚੋਰ ਦੀ ਸਜ਼ਾ ਹੋ ਮੇਰੀ ਅੱਛਾ ਤੁਹਾਡੇ ਆੜੀ ਨਾਲ ਜਦੋਂ ਇਖਤਿਆਰ ਹੋ ਜਾਏਗਾ ਕਿੰਨੇ ਵਿੱਚ ਚਾਹ ਲੱਖ ਤੋਂ ਥੱਲੇ ਵਿਕੇ ਤੇ ਮੋੜ ਖਾ ਮਮਦ ਸੇਨਾ ਤੇਰਾ ਕੋਈ ਕੰਮ ਨਹੀਂ ਹਾਂ ਆਏ ਗੱਲ ਸੱਚੀ ਜੀ ਕਿਉਂਕਿ 4 ਲੱਖ ਥੱਲੇ 50 ਹਜ਼ਾਰ ਖਾਵੇ ਹਾਂ 1 ਲੱਖ 45 ਤੋਂ 50 1 ਲੱਖ 95 2 ਲੱਖ ਗੈਨੋ 2 ਲੱਖ ਦੇ ਨਾਲ 2 ਲੱਖ ਨਾਲ ਅਲਾਵੇ ਤਾਂ ਗੱਲ ਕਰੀਆ ਕੀ ਬਾਤ ਹੈ ਬਣ ਜਾਣਾ ਮਾਸ਼ਾਅੱਲਾ ਵੱਚਾ ਚੱਕਰੋ ਤਸਲੀ ਦੇ ਨਾਲ ਚੀਜ਼ਾਂ ਵੇਖੋ ਚਮਕ ਵੇਖੋ ਮਾਸ਼ਾਅੱਲਾ ਮਾਲ ਵੀ ਤਸਲੀ ਦਾ ਸੋਹਣਾ ਚੀਜ਼ ਹੈ ਲਓ ਜੋ ਵੱਚਾ ਗਾਇ ਲਾ ਆਇਆ ਹਾਏ ਆ ਯਾਰ ਕਲਰ ਵੇਕ ਇਹ ਕਿੱਥੋਂ ਕੱਢਣਾ ਹੈ ਇਹ ਬਹਿਜਨ ਇਲਾਕੇ ਦੇ ਬੱਚੇ ਨੇ ਸਾਲਜ ਵੰਡੇ ਵਾਲਾ ਕੋਈ ਬੱਚਾ ਨਹੀਂ ਅੱਛਾ ਅੱਛਾ ਆ ਵੇਖੋ ਵੇਚ ਬੜੀਆਂ ਇਹਨਾਂ ਵੱਖੀਆਂ ਆ ਬੜੀਆਂ ਆ ਆ ਅੱਛਾ ਕਾਦ ਖਾ ਰਿਹਾ ਇਹ ਵੇਖੋ ਆ ਵੇ ਵੱਖੀ ਵੇਚ ਬੜੀਆਂ ਜਾਨਵਰ ਦਾ ਮਾਸ਼ਾਅੱਲਾ ਕਾਦ ਵੇਖੋ ਮਾਸ਼ਾਅੱਲਾ ਕਾਦ ਕਾਠ ਵਾਲਾ ਜਾਨਵਰ ਨੇ ਲੰਮੀਆਂ ਵੇਲਾਂ ਆ ਰੇ ਹਾਂ ਛੋਟੀਆਂ ਵੇਲਾਂ ਨਹੀਂ ਇਹ ਮਧਰਾ ਵੱਛਾ ਨਹੀਂ ਇਹ ਤਾਂ ਗੱਲ ਐਵੇਂ ਹੀ ਹੈ ਮਾਸ਼ਾਅੱਲਾ ਚਲਰ ਚੈੱਕ ਕਰਨੀ ਹੈ ਖੂਬਸੂਰਤੀ ਵੀ ਚੈੱਕ ਕਰਨੀ ਗੁੰਬੜੇ ਸਾਦੇ ਕੀ ਕਰ ਗੁੰਬੜਾ ਦਾ ਹੀ ਦਵੇ ਹਾਂ ਹਾਂ ਬੰਨੇ ਨੂੰ ਪੰਜਾਬੀ ਪੰਜਾਬੀ ਬੰਨ ਹਾਂਜੀ ਵਾਹ ਜੀ ਜੀ ਸਿਕਰਾ ਮਹਬੂਤਾਂ ਖੂਬ ਸੂਰਤ ਮਾਸ਼ਾਅੱਲਾ ਜਾਨਵਰ ਨੇ ਐ ਜੇ ਮਾਲ ਲੈਂਦਾ ਤੇ ਇਹੋ ਬੱਚਾ ਜੀ ਪ੍ਰਾਫਿਟ ਨਾ ਆਵੇ ਸੋਚੀ ਨਾ ਬਾਈ ਜਾਨਵਰ ਇਹ ਹੋ ਜਾ 8ਵੇਂ ਦੇ ਮਜ਼ਦੂਰੀ ਨਾਲ ਵੇਚ ਲਾ ਹਾਂ 8ਵੇਂ ਦੇ ਕਿੰਨੇ ਮਜ਼ਦੂਰੀ ਨਾਲ 10-15000 ਨਾਲ ਵੇਚਣੇ ਦੱਛਨੇ ਦੇ ਵੇਚ ਜਾਣੇ ਕਿਉਂਕਿ ਇਦੋਂ ਅਗਾ ਹਰ ਰੋਜ਼ ਦਾ ਰੇਟ ਹੈ ਹਰ ਰੋਜ਼ ਦਿੱਲੀ ਦਾ ਵਧਣਾ ਹੈ ਵੱਦਾ ਕੱਢਦਾ ਇਹ ਤਾਂ ਵੱਖਰੀ ਗੱਲ ਹੈ ਚੀਜ਼ਾ ਅੱਛਾ ਇਹ ਕੱਲਾ ਕਿੰਨੇ ਦਾ ਦੇਸ ਇੱਕ ਕੱਲਾ 1.5 ਲੱਖ ਦਾ 1.5 ਲੱਖ ਦਾ ਆ ਮੱਛਾ ਵੇਖੋ ਮਾਸ਼ਾਅੱਲਾ ਕੋਠਾ ਹੀ ਏ ਮਾਸ਼ਾਅੱਲਾ ਮਾਸ਼ਾਅੱਲਾ ਚੀਜ਼ ਚੈੱਕ ਕਰੋ ਬੰਨ ਵਾਲੀ ਚੀਜ਼ ਹੈ ਨਾਲ ਉਹਨੂੰ ਸੂਟ ਨਾਲ ਜਾਲਰ ਰਿਹਾ ਕੱਦ ਕਾਰ ਲੰਬਾਈ ਲੋ ਮਾਸ਼ਾਅੱਲਾ ਵੇਖੋ ਹਾਏ ਹਾਏ ਕੋਈ ਬੱਚਾ ਸਿੰਘਾ ਵਾਲਾ ਨਹੀਂ ਕੋਈ ਬੱਚਾ ਬਾਤ ਰੰਗਾ ਨਹੀਂ ਹਾਂ ਖੂਬਸੂਰਤ ਜਾਨਵਰ ਨੇ ਵਾਹ ਜੀ ਵਾਹ ਮਾਸ਼ਾਅੱਲਾ ਚੀਜ਼ਾ ਚੈੱਕ ਕੀਤੀ ਤੇ ਸਲੀ ਦੇ ਨਾਲ ਨਹੀਂ ਉਹ ਮਾਰ ਇਸਲੀ ਕੇ ਫੇਰ ਆਣਾ ਜੀ अबे जी, जी, वाजी 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 वाजी, वाजी ठीक हो जी, वाजी 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 वाजी। क्यों क्यों गया जी माशाला वाजी वाह सलीके बंद लावे फिर लाख चाली हजार दा। अच्छा एक लाख चाली हजार जी माशाला ਤੇ ਉਹਨਾਂ ਅਸਰ ਦੇ ਵੀ ਬੱਚੇ ਛੁੱਟੇ ਖੜੇ ਨੇ ਤੇ ਮਾਸ਼ਾਅੱਲਾ ਅੱਛਾ ਕੋ ਦੋਸਤ ਜਰਾਤ ਬੜਾ ਸ਼ਕੀਨੀ ਅਜ਼ਰਾਤ ਹੁੰਦੇ ਨੇ ਅਜੇ ਚਲਸਤਾਨੀ ਵੀ ਬੱਚੇ ਪਾਣਾ ਚਾਹੁੰਦੇ ਨੇ ਬਿਲਕੁਲ ਰਾਬਤਾ ਕਰੇ ਭੈਜਨ ਹਰ ਰੰਗ ਦਾ ਹਰ ਕਾਟਾ ਗਰੀ ਦਾ ਮਾਲ ਆਪਣਾ ਕੋ ਹੁੰਦਾ ਅੱਛਾ ਕੋਈ ਬਹਿਨੇ ਦੇ ਲੋੜ ਨੇ ਕੋਈ ਕੋਈ ਨਹੀਂ ਖਾਲੀ ਕਾਲ ਦੇ ਜ਼ਰੂਰੇ ਤੇ ਕਾਲ ਕਰੇ ਤੇ ਡੇਰੇ ਤੇ ਆਵੇ ਖਾਲੀ ਕਾਲ ਕਰਦੇ ਅੱਛਾ ਹੁਣ ਤੁਹਾਡੇ ਆਈਡੀਏ ਦੇ ਮੁਤਾਬਕ ਮੈਂ ਤੁਹਾਡੇ ਕੋ ਮਸ਼ਵਰਾ ਵੀ ਲੈਣਾ ਚਾਹ ਅੱਜ ਟਾਈਮ ਮਿਲ ਗਿਆ ਭਰਾਵਾਂ ਨੂੰ ਆਪਸ ਵਿੱਚ ਬਹਿਣ ਦਾ 200 ਕਰਨ ਦਾ ਤੇ ਕੋਈ ਦੋਸਤ ਬਰਾਦਰੇ ਖਾਸ ਉਹਦੇ ਪ੍ਰਦੇਸੀ ਬਰਾਣੇ ਉਹਨਾਂ ਵਾਸਤੇ ਕੀ ਆਫਰ ਲੈ ਕੇ ਆਏ ਜੇ ਔਰ ਉਹਨਾਂ ਨੂੰ ਕੀ مشورہ ਦਿੰਦੇ ਜੇ ਵੇਖੋ ਪਰਦੇਸ ਆਪਣਾ ਘਰ ਛੱਡ ਕੇ ਬੱਚਿਆਂ ਨੂੰ ਛੱਡ ਕੇ ਪ੍ਰਦੇਸ ਬੈਠੇ ਨੇ ਉਹਨਾਂ ਨੂੰ ਕੀ مشورہ ਦਿੰਦੇ ਵਸਿਆਂ ਮਤਲਬ ਉਹਨਾਂ ਭਾਈਆਂ ਦਾ مشورہ ਹੈ ਕਿ ماشਾਅੱਲਾ ਉੱਥੇ ਉਹਨਾਂ ਦੀ ਜੌਬ ਲੱਗੀ ਬਿਲਕੁਲ ਸਹੀ ਹੈ ਹਾਂ ਲੇਕਿਨ ਜਿਹੜਾ ਪੈਸਾ ਘਰ ਰੱਖਣਾ ਹੈ ਬੈਂਕੇਜ ਰੱਖਣਾ ਹੈ ਜਾਂ ਉੱਥੇ ਬਰੂਨੇ ਮੁਲਕ ਰੱਖਣਾ ਉਸ ਪੈਸੇ ਨੀ ਰਹਿਣਾ ਨਹੀਂ ਰਹਿਣਾ ਉਹ ਡਾਲਰ ਦੇ ਨਾਲ ਵਧੇਗਾ ਡਾਲਰ ਦਿਹਾੜੇ ਦਾ 2 ਰੁਪਏ ਬਾਦ ਗਿਆ 5 ਰੁਪਏ ਬਾਦ ਗਿਆ ਜਾਂ ਘਟ ਗਿਆ ਘਟ ਗਿਆ ਉਹਨਾਂ ਦਾ ਅਗਰ ਜਾਨਵਰ ਲੈ ਲਵਾਂ ਕੋਈ ਹੋਰ ਕੰਮ ਕਰ ਲੈ ਕੋਈ ਚੀਜ਼ ਲੈ ਲਵਾਂ ਪਰ ਮੈਂ ਲੈ ਜਾਨਵਰ ਲੈ ਲਵਾਂ ਭਾਈ ਜਾਨ ਤਿੰਨਾ ਮਹੀਨਾ ਬਾਅਦ ਜਿੰਨੇ ਮੇਰੇ ਭਰਾ ਉੱਥੇ ਪਰਦੇਸੇ ਕਮਿੰਦਾ ਪਿਆਰੇ ਉਦੋਂ ਜ਼ਿਆਦਾ ਪਾਕਿਸਤਾਨੇ ਜਾਨਵਰਾਂ ਵਿੱਚ ਬਚਤ ਜੇ ਬੈਂਕੇ ਪਿਆ ਪੈਸਾ ਨਹੀਂ ਵਧਣਾ ਕਾਰੋਬਾਰ ਚਲਾਓ ਇਹਨੂੰ ਕਾਰੋਬਾਰ ਨੂੰ ਵਧਾਓ ਕਿਉਂਕਿ ਪੰਜਾਬੀ ਦਾ ਹਲ ਫਾਇਦਾ ਹੈ ਪੈਸੇ ਨੂੰ ਪੈਸਾ ਖਿੱਚਦਾ ਹੈ ਅਗਰ ਅੱਜ ਤੁਸੀਂ ਲੱਖ ਦਾ 1,30 ਦਾ ਬੱਚਾ ਲਓਗੇ ਤਿੰਨ ਮਹੀਨੇ ਬਾਅਦ ਆਰਾਮ ਨਾਲ 2,70,000 ਬਚ ਗਿਆ ਹਾਂ 70,000 ਨੂੰ ਲਾਓ ਦਾ ਨਜ਼ਰ 7 ਲੱਖ ਰੁਪਈਆ ਤਿੰਨ ਮਹੀਨੇ ਤੇ ਉੱਤੇ ਭਾਈ ਜਾਨ ਤਿੰਨ ਮਹੀਨੇ 7 ਲੱਖ ਤੂੰ ਉੱਤੇ ਬਚਾਣਾ ਇੱਥੇ ਤਿੰਨ ਮਹੀਨੇ 7 ਲੱਖ ਬਚ ਜਾਣਾ ਇਹ ਕੋਲੀ ਦੀ ਮਿਸਾਲ ਦੇ ਰਹੇ ਲੰਮੇ ਨੇ ਵੈਸੇ ਬੰਦੇ 15-15 20-20 ਲੱਖ ਵੀ ਕਮਾ ਰਹੇ ਨੇ ਦਾ ਵਿੱਚ ਨਹੀਂ ਅਗਰ ਉਹ ਤੁਹਾਡੀ ਗੱਲ ਬਜਾਏ ਇਹ ਵੀ ਗੱਲ ਮੈਂ ਤੁਹਾਡੀ ਸਮਝਣਾ ਜੀ ਅਗਰ ਕੋ ਦੋਸਤ ਜਰਾ ਚਾਵੇ ਪਰਦੇਸ ਥੋੜੇ ਪੈਸਾ ਸ਼ੁਰੂ ਕੰਮ ਸਟਾਰਟ ਲਾ ਲਵੇ ਕੁਰਬਾਨੀ ਦਾ ਨਸ਼ਾ ਪੈ ਜਾਂਦਾ ਨਾ ਮੈਂ ਨਹੀਂ ਮੰਨਦਾ ਕਿ ਦੁਬਾਰੇ ਉਹ ਹੋਰ ਕੋਈ ਕੰਮ ਕਰੇ ਅੱਛਾ ਸਭ ਤੋਂ ਬੈਸਟ ਕੰਮ ਐਸ ਦੌਰੇ ਭੇਜਨ ਵੇਖੋ ਹਰ ਚੀਜ਼ ਤੇ ਟੈਕਸ ਹੈ ਹਾਂ ਛੋਟੇ ਤੋਂ ਲੈ ਕੇ ਉਥਲੇ ਤਬਕੇ ਤੇ ਹਰ ਪਾਸੇ ਟੈਕਸ ਇੱਕ ਬੱਚਾ ਫਾਰਮਿੰਗ ਐਸਾ ਹੈ ਜਿੰਦਾ ਬਹਿਜਾਨ ਤੇਰੀ ਗਵਰਨਮੈਂਟ ਵੀ ਪੈਸਾ ਦਿੰਦੀ ਪਈ ਜਿੰਦੀ ਵੀ ਹੁਣ ਦਿੰਦੀ ਵੀ ਹਾਂਜੀ ਇਹ ਗੱਲ ਕਿਉਂਕਿ ਇਹਦੇ ਕੋਈ ਟੈਕਸ ਨਹੀਂ ਇਹ ਟੈਕਸ ਤੋਂ ਮਾਫ ਹੈ ਇਹ ਬਹਿਜਾਨ ਜਾਨਵਰ ਗਰੋਥ ਇਸ ਤਰ੍ਹਾਂ ਦਾ ਕਰਦਾ ਪਿਆ ਇੱਕ ਹੱਥ ਨਾ ਮਹੀਨਾ ਬਾਅਦ ਅਗਰ ਪਾਕਿਸਤਾਨ ਵਿੱਚ ਹਰ ਘਰ ਵਿੱਚ ਇੱਕ ਬੱਚਾ ਦਾ ਵਿੱਚ ਸਾਹਮਣੇ ਘਰ ਤੇ ਦਾ ਜੀ ਨੇ ਫਿਰ ਵੀ ਪਾਕਿਸਤਾਨ گوشਤ ਨਹੀਂ ਪੂਰਾ ਕਰਦਾ ਨਹੀਂ ਕਰਦਾ ਕਿਉਂਕਿ ਹੁਣ ਤਾਜ਼ਾ ਤਰ ਹੈ ਪਤਾ ਨਹੀਂ ਮਲੇਸ਼ੀਆ ਨੇ ਕਿ ਚੀਨ ਨਾਲ ਸੌਦਾ ਹੋ ਗਿਆ ਚੀਨ ਨੇ ਖਾਲਸ ਮੋਟੀ ਦਾ ਸੌਦਾ ਕੀਤਾ ਅੱਛਾ ਹਾਂਜੀ ਖਾਲਸ ਮੋਟੀ ਦਾ ਉਹ ਵੀ

ਕਿਆ ਬਾਤ ਹੈ ਮਾਸ਼ਾਅੱਲਾ ਜੀ ਐਂ ਹੁੰਦੀਆਂ ਗੱਲਾਂ ਮਾਸ਼ਾਅੱਲਾ ਸਵਾਲ ਜਿਹੜਾ ਬੰਦਾ ਨਾ ਨੁਕਸਾਨ ਨੁਕਸਾਨ ਦਾ ਸਵਾਲ ਹੀ ਕੋ ਨਹੀਂ ਹਾਂ ਮਜ਼ਦੂਰੀ ਹੈ ਨਫਾ ਹੈ ਜਿੰਨਾ ਵਿੱਚ ਕਮਾਲ ਹੋਏ ਬੰਦਾ ਆਪਦੇ ਪੈਰਾਂ ਦੇ ਖਲੋ ਕੇ ਕਮਾ ਸਕਦਾ ਕੋਈ ਮਸਲੇ ਨਹੀਂ ਜਿਹੜਾ ਬੰਦਾ ਨਾ ਮੈਂ 2-3 ਮਹੀਨੇ ਫਾਰਮਿੰਗ ਕੀਤਾ ਨੁਕਸਾਨ ਹੋਇਆ ਭਾਈ ਜਾਨ ਨੁਕਸਾਨ ਵਾਲੇ ਇਸ

ਤੇ ਦੋ ਸਿਭਰਾ ਮਾਸ਼ਾਅੱਲਾ ਨਾਲ ਕਾਲੇ ਨੇ ਵੀ ਆ ਵਿੱਚ ਗੋਰੇ ਵੀ ਤੁਹਾਨੂੰ ਵਖਾਏ ਨੇ ਪਿੱਛੇ ਗੋਰੇ ਸਾਰੇ ਵਖਾਏ ਨੇ ਹੁਣ ਕਾਲੇ ਆ ਗਏ ਕਾਲੇ ਮੁੱਲ ਦੇ ਬੜੇ ਥੋੜੇ ਜੋੜੇ ਆਏ ਆਏ ਮਾਸ਼ਾਅੱਲਾ ਖੂਬ ਸੂਰਤ ਜਾਨਵਰ ਨੇ ਹਾਂ ਚੀਜ਼ ਸ਼ਕਰੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਭਾਈ ਜਾਨ ਲੰਮੀਆਂ ਲੱਤਾਂ ਨੇ ਸਿਆਹ ਕਾਲੇ ਨੇ ਜਿਵੇਂ ਨਾਂਗ ਹੁੰਦਾ ਹੈ ਤੇ ਇਹ ਚੀਜ਼ ਵੇ ਆਏ ਆਏ

ਇਹਨਾ ਬੱਚਾ ਕੋਈ ਦਾਗ ਦੱਬਾ ਕੋਈ ਮਸਲਾ ਨਹੀਂ ਸਾਇ ਕੁਰਬਾਨੀ ਆਹ ਹਰ ਯਾਰ ਮੇਰੇ ਫੈਮਿਲੀ ਆਪਾਂ ਲੈਂਦੇ ਕੁਰਬਾਨੀ ਵਾਸਤੇ ਸਲੈਟਰ ਆ ਲੈ ਨਹੀਂ ਨੇ ਕੋਈ ਕਿਸੇ ਕਿਸਮ ਦਾ ਨੌਕਸ ਹੋਏ ਤਾਂ 10 ਦਿਨ ਦੀ ਗਰੰਟੀ ਅੱਛਾ ਅੱਛਾ ਜੀ ਬਿਲਕੁਲ ਇਹਨਾਂ ਉਮਰਾਂ ਉਮਰਾਂ ਤਕਰੀਬਨ 2 ਮਹੀਨੇ 26 ਮਹੀਨੇ 28 ਮਹੀਨੇ 2 ਮਹੀਨਾ ਬਾਅਦ ਦੁੰਦੇ ਲੱਗਣਾ ਸ਼ੁਰੂ ਹੋ ਜਾਣਗੇ ਜੀ ਠੀਕ ਸਰ ਬੜੀ ਮਿਹਰਬਾਨੀ ਤੁਸੀਂ ਕੀਮਤੀ ਟਾਈਮ ਦਿੱਤਾ ਆਪਦਾ ਟਾਈਮ ਕੱਢ ਕੇ ਤੁਸੀਂ ਸਾਡੀ ਵੀਡੀਓ ਵੇਖੀ ਵੀਡੀਓ ਵੇਖਣ ਦੇ ਨਾਲ ਮੈਂ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਮਾਸ਼ਾਅੱਲਾ ਅਗਰ ਤੁਹਾਨੂੰ ਸਾਡੀ ਵੀਡੀਓ ਲੱਗਦੀ ਹੈ ਚੰਗੀ ਸੀ ਕੀ

ਨਾਰਵਾਲ ਤੋਂ ਅੱਛਾ ਭਾਈ ਇਮਰਾਨ ਸਾਹਿਬ ਕਿਨੇ ਬੱਚੇ ਲੈ ਕੇ ਜਾ ਰਹੇ ਜੀ 16 ਬੱਚੇ ਲੈ ਕੇ ਜਾ ਰਹੇ 16 ਬੱਚੇ ਕਿਹੜੀ ਜਾਂਦੇ ਨਾਰੋਵਾਲ ਜ਼ਫਰਵਾਲ ਜ਼ਫਰਵਾਲ ਅੱਛਾ ਅੱਛਾ ਨਾ ਡਿਲੀਵਰੀ ਦੇ ਰਹੇ ਤੁਹਾਨੂੰ ਹਾਂ ਜੀ ਦੇ ਰਹੇ ਨੇ ਬੱਚੇ ਆਪਣੀ ਮਰਜ਼ੀ ਦੇ ਪਸੰਦ ਕੀਤੇ ਨੇ ਜੀ ਆਪਣੀ ਮਰਜ਼ੀ ਦੇ ਪਸੰਦ ਮਾਸ਼ਾਅੱਲਾ ਦੋਸਤ ਭਰਾਵਾਂ ਕੀ ਕਹਿਣਾ ਚਾਹੁੰਦੇ ਭਾਈ ਮੁਹੰਮਦ ਸਾਹਿਬ ਦੇ ਬਾਰੇ ਕਿ ਬੱਚੇ ਇਥੋਂ ਲੈਣਾ ਚਾਹੁੰਦੇ ਹਨ ਭਾਈ ਬਹੁਤ ਅੱਛੇ ਬੰਦੇ ਨੇ ਹਾਂ ਤਾਂ ਉਹ ਬਹੁਤ ਅੱਛਾ ਕਰਦੇ ਨੇ ਬੰਦਿਆਂ ਨਾਲ ਠੀਕ ਹੈ ਜੀ ਆਓ ਇਹਨਾਂ ਦੇ ਕੋਲ ਵਿਜ਼ਿਟ ਕਰੋ ਆ ਕੇ ਹਾਂ ਜੀ ਇਹ ਤੁਹਾ ਮਾਲ ਲੈ ਕੇ ਜਾਓ ਮਾਲ ਲੈ ਕੇ ਜਾਓ ਤੁਸੀਂ ਅੱਗੇ ਸੁਣਾ ਹੈ ਮੰਡੀਆਂ ਚ ਮਾਲ ਲੈਂਦੇ ਹਾਜੇ ਤੇ ਫਿਰ ਇੱਧਰ ਕਿਉਂ ਆਏ ਜੇ ਆਇਆ ਕਿ ਇੱਥੇ ਕੋਈ ਫਰਕ ਨਜ਼ਰ ਆਇਆ ਹਾਂਜੀ ਫਰਕ ਬਹੁਤ ਨਜ਼ਰ ਆਇਆ ਕਿ ਇੱਕ ਵਾਰ ਇਹਨੇ ਕਮਸ ਕਮ 5ਵੀਂ ਵਾਰ ਭਾਈ ਉਰੀ ਮਾਲ ਮੇਰੇ ਕੋਲ ਲੈ ਕੇ ਜਾ ਰਹੇ ਨੇ ਅੱਛਾ ਅੱਛਾ ਮਾਸ਼ਾਅੱਲਾ ਜੀ ਦੇਖੋ ਜਿੱਥੇ ਅਗਰ ਇਤਮਾਦ ਨਾਲ ਚੀਜ਼ ਜਾਵੇ ਉੱਥੇ ਫਿਰ ਵੀ ਹੁੰਦਾ ਦਿਲ ਕਰਦਾ ਹਾਂ ਇਫਤਖਾਰ ਦੇ ਭਾਈ ਦੀ ਮੁਹੱਬਤ ਹੈ ਇਹਨਾਂ ਦੇ ਵੱਡੇ ਭਾਈ ਸਾਹਿਬ ਨੂੰ ਚਲੇ ਗਏ ਨੇ ਤੇ ਉਹਨਾਂ ਦਾ ਐਂਟਰੀ ਦੇਣਾ ਸੀ ਇਫਤਖਾਰ ਭਾਈ ਨਾਰੋਬਾਲ ਤੋਂ ਆਏ ਨੇ ਹਾਂ ਉਹਨਾਂ ਨੂੰ ਮਾਲ ਦਿੱਤਾ ਹੈ 35 ਵਿੱਚੋਂ 16 ਬੱਚਾ ਦੀ ਮਰਦ ਨਹੀਂ ਕੱਢੇ ਨੇ ਜੀ ਠੀਕ ਸਰ ਬੜੀ ਮਿਹਰਬਾਨੀ ਅਸਲਾਮੁਅਲੈਕੁਮ ਰahmatullahi ਵਬਰਕਤ